ਤੁਸੀਂ ਕਿਤੇ ਵੀ ਜਗ੍ਹਾ ਤੇ ਚਲੇ ਜਾਓ। ਨਬੀ ਨੇ ਕਿਹਾ ਜੇ ਤੁਸੀਂ ਨਰਕ ਵੇਖਣਾ ਹੈ ਤੁਸੀਂ ਬਾਜ਼ਾਰਾਂ ਵਿੱਚ ਨਰਕ ਨੂੰ ਵੇਖ ਸਕਦੇ ਹੋ, ਤੁਸੀਂ ਮੌਲਾਂ ਵਿੱਚ ਨਰਕ ਨੂੰ ਵੇਖ ਸਕਦੇ ਹੋ ਜਿੱਥੇ ਛੋਟੇ ਛੋਟੇ ਕੱਪੜੇ ਪਾਈਆਂ ਹੋਈਆਂ ਔਰਤਾਂ, ਰੰਗ ਰੋਗਨ ਮੇਕਅਪ ਕੀਤੀਆਂ ਹੋਈਆਂ ਔਰਤਾਂ ਤੁਹਾਨੂੰ ਦਿਖਣਗੀਆਂ। ਨਬੀ ਨੇ ਕਿਹਾ ਇਹ ਸਭ ਚੱਲਦਾ ਫਿਰਦਾ ਹੋਇਆ ਨਰਕ ਹੈ, ਧਰਤੀ ਦੇ ਉੱਪਰ ਤੁਸੀਂ ਨਰਕ ਨੂੰ ਵੇਖ ਸਕਦੇ ਹੋ। ਇਸ ਕਰਕੇ ਮਸੀਹ ਔਰਤਾਂ ਨੂੰ ਇਜਾਜ਼ਤ ਨਹੀਂ ਹੈ, ਮਸੀਹ ਭੈਣਾਂ ਨੂੰ ਇਜਾਜ਼ਤ ਨਹੀਂ ਹੈ ਵੀ ਉਹ ਕਿਸੇ ਵੀ ਤਰ੍ਹਾਂ ਦਾ ਮੇਕਅਪ ਕਰੇ ਜਾਂ ਮਰਦਾਂ ਵਾਲੇ ਕੱਪੜੇ ਪਾਏ। ਲੇਕਿਨ ਇਹ ਸਭ ਕੌਣ ਕਰ ਰਿਹਾ ਹੈ? ਇਜਬਲ ਦਾ ਆਤਮਾ ਲੋਕਾਂ ਦੇ ਅੰਦਰ ਵੜ ਰਿਹਾ ਹੈ। ਲੇਕਿਨ ਖੁਦਾ ਦੀ ਬੇਟੀਆਂ ਨੂੰ, ਖੁਦਾ ਦੇ ਬੇਟਿਆਂ ਨੂੰ ਕੋਈ ਵੀ ਆਤਮਾ ਪ੍ਰਭਾ ਨਹੀਂ ਸਕਦਾ, ਕਿਉਂਕਿ ਉਹ ਪਵਿੱਤਰ ਆਤਮਾ ਦੁਆਰਾ ਮੋਹਰ ਬੰਦ ਕੀਤੇ ਗਏ ਹਨ। ਤੇ ਜਿਹੜੇ ਲੋਕ ਖੁਦਾ ਦੇ ਦੁਆਰਾ ਮੋਹਰ ਬੰਦ ਕੀਤੇ ਗਏ ਹਨ ਉਹੀ ਉਸਦੀ ਦੁਲਹਨ ਹੈ, ਕਿਉਂਕਿ ਖੁਦਾਵੰਦ ਸਿਰਫ ਆਪਣੀ ਦੁਲਹਨ ਨੂੰ ਮੋਹਰ ਬੰਦ ਕਰਦਾ ਹੈ। ਖੁਦਾਵੰਦ ਆਪਣੀ ਦੁਲਹਨ ਨੂੰ ਮੋਹਰ ਬੰਦ ਕਰਦਾ ਹੈ, ਉਸਦੇ ਉੱਪਰ ਮੋਹਰ ਲਗਾ ਦਿੰਦਾ ਹੈ, ਆਪਣੇ ਲਹੂ ਦੇ ਦੁਆਰਾ ਉਸਨੇ ਉਹਨਾਂ ਨੂੰ ਮੁੱਲ ਲਿਆ ਹੋਇਆ ਹੈ। ਲੇਕਿਨ ਜਿਹੜੇ ਲੋਕ ਖੁਦਾ ਦੀ ਰੇਂਜ ਤੋਂ ਬਾਹਰ ਹਨ, ਸ਼ੈਤਾਨ ਉਹਨਾਂ ਨੂੰ ਕੀ ਕਰਦਾ ਹੈ? ਭਰਮਾਉਂਦਾ ਹੈ, ਕਿਉਂਕਿ ਖੁਦਾ ਦੀ ਬੇਟੀਆਂ ਇਹੋ ਜਿਹੇ ਕੰਮ ਨਹੀਂ ਕਰਦੀਆਂ ਵੀ ਬਾਹਰ ਹੀ ਰੰਗ ਰੋਗਨ ਲਗਾਉਣ, ਲਿਪਸਟਿਕਾ ਲਗਾਉਣ, ਠੀਕ ਆ, ਆਈਬ੍ਰੋ ਬਣਾਉਣ, ਛੋਟੇ ਵਾਲ।